ਨਾ ਉਹਨਾਂ ਦੇ ਰੇਂਜ ਆਉਂਦੀ ਹੋਊਗੀ, ਅੱਜ ਕੱਲ ਇੱਕ ਵੀਡੀਓ ਬੜਾ ਵਾਇਰਲ ਹੋਇਆ, ਪਤਾ ਕਿਹੜਾ? ਸੋਨਾ ਪੁੱਤ ਕਿੱਥੇ ਹੈ? ਨਮਸਤੇ ਜੀ ਸਾਰਿਆਂ ਨੂੰ। ਵੀਡੀਓ 'ਤੇ ਕਲਿੱਕ ਕਰਨ ਵਾਸਤੇ ਧੰਨਵਾਦ। ਲਾਈਕ ਸ਼ੇਅਰ ਕਮੈਂਟ ਕਰ ਦੇਣਾ ਅਤੇ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ। ਅਤੇ ਸਵੇਰੇ ਸਵੇਰੇ ਦਾ ਟਾਈਮ ਹੈ 7 ਵਜੇ ਦਾ। ਆਹ ਦੇਖੋ, ਕੱਲ੍ਹ ਸਾਡੇ ਘਰ ਮੁੰਡਾ ਛੱਡ ਗਿਆ ਟਰੈਕਟਰ ਟਰਾਲੀ, ਹਰਮੀਤ ਸਿੰਘ ਗਿੱਲ, ਜਾਣੀ ਮੇਰੇ ਜੇਠ ਦਾ ਮੁੰਡਾ। ਆਹ ਦੇਖੋ ਅੱਪੂ ਅਤੇ ਜਸ਼ਨ ਹੋ ਗਏ ਤਿਆਰ ਸਕੂਲ ਜਾਣ ਨੂੰ। ਆ ਗਈ ਮੱਗੋ, ਮੱਗੋ ਆ ਗਈ ਬੇਬੇ, ਆ ਗਈ ਪੁੱਠੀ ਹੈਂ। ਕੰਮ ਤੋਂ ਲੈਣ ਵੇਟ ਲਓ ਖੇਤ ਛੇਤੀ, ਫਿਰ ਆਪਾਂ ਲਾਈਵ ਹੋਣਾ 10 ਵਜੇ, 10 ਤੋਂ 10:30 ਤੱਕ। ਕੋਈ ਨਹੀਂ, ਹੁਣ ਆਪਣਾ ਕਿੰਨਾ ਕੰਮ ਹੈ? ਟਰੈਕਟਰ ਦੇ ਮੂਹੇ ਫੋਟੋ, ਬੱਬੂ ਮਾਨ ਦੀ। ਜਵਾਕਾਂ ਨੂੰ ਪਤਾ ਨਹੀਂ ਸੀ ਬੱਬੂ ਮਾਨ ਕਹਿੰਦੇ, ਹਰਮੀਤ ਦੀ ਫੋਟੋ ਤਾਂ ਹੈ ਨਹੀਂ। ਹੈ ਫੋਟੋ ਕਿਹਦੀ? ਇਹ ਗੁਰਮੀਤ ਕੇ ਦੋਨੋਂ, ਬੱਬੂ ਵੀ ਹੈ ਇਹਨਾਂ ਦਾ, ਬੱਬੂ ਗਿੱਲ ਉਹ ਵੀ ਹੈ। ਇਹ ਚੰਗੀ ਗੱਲ ਹੈ ਹੈਨਾ, ਵਿਚਾਰੇ ਕਿੰਨੇ ਕਲਾਕਾਰ ਦੁਨੀਆਂ ਦੇ ਫਿਰਦੇ ਹੈ, ਹੈਂ, ਉਹਨੇ ਸਾਰਿਆਂ ਨੂੰ ਛੱਡ ਕੇ ਕਿਸੇ ਇੱਕ ਦਾ ਫੈਨ ਹੋਣਾ, ਹੈਂ, ਤਾਂ ਬਾਕੀ ਤਾਂ ਫਿਰ ਊਂ ਹੀ ਰਹਿ ਗਏ, ਉਹ ਇੱਕ ਨੂੰ ਫੜ ਕੇ ਤੁਰੇ ਫਿਰੇ ਕਹਿੰਦੇ। ਅੱਛਾ, ਮਨ ਨੂੰ ਮਤਲਬ ਦਿਲ 'ਚ ਵਸਿਆ ਹੁੰਦਾ। ਗੁਰਮੀਤ ਹਰਮੀਤ ਤਾਂ ਕੱਛੀਆਂ 'ਚ ਫਿਰਦੇ ਹੁੰਦੇ ਸੀ ਜਦੋਂ ਬੱਬੂ ਮਾਨ ਦੀਆਂ ਕੈਸਟਾਂ ਚੱਲੀਆਂ ਸੀ, ਹੁਣ ਫੈਨ ਹੋਏ ਛਿੱਕੜ ਜਾਂਦੇ ਹੈ। ਅੱਛਾ, ਸਾਡੇ ਵਿਆਹ ਤੋਂ ਗਾਣਾ ਚੱਲਿਆ ਸੀ ਰਿੰਕੂ ਪਹਿਲਾਂ, ਇੱਕ ਥੋੜ੍ਹਾ ਚਿਰ ਪਹਿਲਾਂ ਹੀ ਚੱਲਿਆ ਸੀ ਉਹ, ਅਤੇ ਪਰ ਜਦੋਂ ਉਹ ਸਾਡੇ ਵਿਆਹ ਵੇਲੇ ਜਿਹਦੀ ਗੱਲ ਹੈ, ਕਿਉਂਕਿ ਸਾਡਾ ਪਰਿਵਾਰ ਪਹਿਲੇ ਦਿਨੋਂ ਹੀ ਫਿਲਮ ਹੀ ਤਾਂ ਰਿਹਾ ਹੀ ਹੈ, ਸਿਨੇਮਾ 'ਚ ਫਿਲਮਾਂ ਵੇਖ ਕੇ ਆਉਣੀਆਂ, ਜਿਵੇਂ ਘਰ ਤਿੰਨ ਚਾਰ ਉਸ ਟਾਈਮ ਰੇਡੀਏ ਹੁੰਦੇ ਸੀ, ਡੈੱਕ ਕਹਿੰਦੇ ਸੀ, ਦੂਜੀ ਮਸ਼ੀਨ 'ਤੇ ਸਪੀਕਰ ਹੁੰਦੇ ਸੀ, ਅਤੇ ਉਸ ਟਾਈਮ ਗਾਣਾ ਚੱਲਿਆ ਸੀ ਤੂਤਕ 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 ਤੂਤੀਆ, ਮਲਕੀਤ ਗਿੱਲ ਦਾ, ਜਿੱਥੇ ਵੇਖੇ ਟਰੈਕਟਰ ਤੇ ਉੱਠ ਗੱਡੀਆਂ ਤੇ, ਹਰ ਜਗ੍ਹਾ ਉਹੀ ਗਾਣਾ ਚੱਲੀ ਜਾਂਦਾ ਸੀ, ਉਹੀ ਗਾਣਾ ਚੱਲੀ ਜਾਂਦਾ ਸੀ। ਲੈ ਵੀ ਕੰਮ ਕਰ ਲਈਏ ਲੱਗਣੀਆਂ, ਤੂੰ ਤਾਂ ਵਿਹਲੀ ਹੈ ਹੈਨਾ, ਤੂੰ ਤਾਂ ਕੋਈ ਕੰਮ ਕਰਦੀ ਨੀ। ਜਾਂ ਭਾਂਡੇ ਭੁੰਨੀ ਮਾਂਜ ਲੈ। ਨਾ ਭਾਈ, ਝੂਠ ਨਹੀਂ ਮੰਜਾਉਂਦੀ, ਝੂਠ ਨਹੀਂ ਮੰਜਾਉਣੀ। ਜਾਂ ਫਿਰ ਰੋਟੀਆਂ ਪਕਾ ਲੈ ਤੰਦੂਰ ਤੋਂ ਪਾ ਕੇ, ਕੇ ਤਈਆਂ ਦਾ ਸਬਜ਼ੀ ਬਣਾਏਗੀ। ਪਰੀ ਹੋਈ ਨਾ ਤਾਂ ਕਿਸੇ ਕਈਆਂ ਨੇ ਆਖਿਆ ਕਾ ਨਾਮ ਇਹਦਾ, ਰੋਟੀਆਂ ਤਾਂ ਪਰੀ ਪਕਾਉਗੀ, ਮਾਰਾ ਤਾਂ ਨਾਮ ਰੱਖਦੇ ਬਾਦੂੜੀ ਫਲਾਣੀ। ਮੈਂ ਕਿਹਾ ਅਸੀਂ ਨਹੀਂ ਨਾਮ ਖਰਾਬ ਕਰਦੇ, ਕੁੜੀਆਂ ਹੋ ਗਈਆਂ ਤਾਂ ਫਿਰ ਕੀ ਹੈ ਨਾਮ ਖਰਾਬ ਕਰਨਾ, ਹੈਂ, ਕਹਿੰਦੀ ਲਗਨ, ਆ ਲਗਨ ਅਤੇ ਉਹ ਪਰੀ, ਉਹ ਅਰਪਣ, ਆ ਜਸ਼ਨਦੀਪ, ਉਹ ਕਰਨੀ ਸਿੰਘ, ਉਹ ਜਾਂਦਾ ਪਰਾਂ ਰਿੰਕੂ ਹੈ ਜਿਹੜਾ, ਉਹ ਕਰਨੀ ਸਿੰਘ, ਅਮਨ ਅਤੇ ਰਿੰਕੂ, ਤਿੰਨ ਨਾਮ, ਅਤੇ ਮੰਨਤ ਦਾ ਨਾਮ ਹੀ ਮੈਂ ਹੀ ਰੱਖਿਆ ਮੰਨਤ, ਮੰਨਤ ਦਾ ਨਾਮ ਦੇਖ ਕੇ ਆਉਂਦਾ ਜਸਪ੍ਰੀਤ, ਜਸੂ ਜਸੂ ਕਰੀ ਰੱਖਦੇ ਸੀ, ਮੈਂ ਨਾਮ ਰੱਖਿਆ ਮੰਨਤ। ਚਲੋ ਵੀ ਮੈਂ ਕਰ ਲਾਂ ਕੰਮ ਧੰਦੇ, ਲੱਡੂ ਗੋਪਾਲ ਨੂੰ ਲਾਉਣਾ ਭੋਗ, ਅਤੇ ਅੰਦਰ ਆ ਜਾਈਏ ਤਾਂ ਪੱਖਿਆਂ ਦੀ ਬਰ। ਆ ਦੇਖੋ ਇੱਕ ਲੱਡੂ ਗੋਪਾਲ ਕੋਲ ਚੱਲੀ ਵਾਲਾ ਪੱਖਾ, ਇੱਕ ਇੱਧਰ ਪਰੀ ਪਈ ਸੀਗੀ ਅਤੇ ਕੋਈ ਬੰਦ ਹੀ ਨਹੀਂ।
ਕਲਾਕਾਰ ਤਾਂ ਆਪਾਂ ਹੈ ਨਹੀਂ ਪਰ ਅਸੀਂ ਢੋਲਕੀਆਂ ਅਤੇ ਗੋਲੀਆਂ ਹੁੰਦੀਆਂ ਸੀ ਵਿਆਹ ਸ਼ਾਦੀ ਕਲਾਕਾਰਾਂ ਨਾਲ ਘੱਟ ਵੀ ਹੈ ਨਹੀਂ ਕੱਲ੍ਹ ਤਾਂ ਮੈਂ ਗਾਇਆ ਸੀ ਨਾ ਮੇਰਾ ਸੱਸ ਅਤੇ ਇੱਕ ਮੇਰੀ ਸੱਸ ਚੰਦਰੀ ਭੈੜੀ ਰੋਹੀ ਦੇ ਕਿੱਕਰ ਤੋਂ ਕਾਲੀ ਅਤੇ ਗੱਲੀ ਬਾਤੀ ਵੀਰ ਪੁਣ ਦੀ ਦੇਵੇ ਨਿੱਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ ਦੂਜਾ ਮੇਰਾ ਦਿਓਰ ਨਿਕੜਾ ਮੂਲ ਕੋਲ ਅਸਾਨੀ ਹੈ ਦੂਜਾ ਮੇਰਾ ਦਿਓਰ ਨਿਕੜਾ ਜਿਹੜਾ ਗੋਰੀਆਂ ਰਨਾਂ ਦਾ ਸ਼ੌਂਕੀ ਨੀ ਚੁੱਕ ਚੁੱਕ ਕੋਲੇ ਬੈਠਦਾ ਡਾਕੇ ਸਾਹਮਣੇ ਰੰਗੀਲੀ ਚੌਂਕੀ ਨੀ ਇਸੇ ਗੱਲ ਤੋਂ ਡਰਦੀ ਮੈਂ ਹਾਲੇ ਤੱਕ ਵੀ ਨੀ ਭੁੰਡ ਨੂੰ ਉਤਾਰਿਆ ਨੀ ਇੱਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਨੀਂਦਰੇ ਨੇ ਮਾਰਿਆ ਨੀ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਬੋਲੀ ਨੇ ਧਿਆਨ ਜਦੋਂ ਮਾਰਿਆ ਨੀ ਇੱਕ ਮੇਰੀ ਅੱਖ ਕਾਸ਼ਣੀ ਇਹ ਗਾਣੇ ਗਾਏ ਹੋਏ ਆ ਧਰਮਿੰਦਰ ਦੇ ਘਰ ਵਾਲੀ ਨੇ ਯਾਨੀ ਕਿ ਸੰਨੀ ਦਿਓਲ ਦੀ ਮੰਮੀ ਨੇ ਪ੍ਰਕਾਸ਼ ਕੌਰ ਨੇ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਅਤੇ ਮੇਰੇ ਪਾਪੇ ਚਾਚੀ ਹੁੰਦੀ ਸੀ ਉਹ ਚਾਚਾ ਰਹਿੰਦਾ ਮੇਰੇ ਪਾਪੇ ਦਾ ਹਿਰਨਾਲੀ ਮਾਜਲਾ ਦਾ ਪਿੰਡ ਹੈ ਯਾਨੀ ਸੇਠਾਂ ਦਾ ਉੱਥੇ ਵਿਆਹ ਸ਼ਾਦੀ ਹੁੰਦਾ ਨਾ ਤਾਂ ਸੇਠਾਣੀਆਂ ਗਾਉਂਦੀਆਂ ਹੁੰਦੀਆਂ ਉੱਥੋਂ ਸਿੱਖ ਸਿੱਖ ਕੇ ਆਉਂਦੀਆਂ ਹੁੰਦੀਆਂ ਸੀ ਅਸੀਂ ਅਤੇ ਫਿਰ ਅਸੀਂ ਢੋਲਕੀ 'ਤੇ ਲੱਗ ਜਾਂਦੀਆਂ ਗਾਉਣ ਛੋਟੀ ਛੋਟੀ ਆਉਂਦੀਆਂ ਘਰ ਗਾਈ ਜਾਂਦੀਆਂ ਪਰੇਸ਼ਾਨ ਕਰ ਦਿੰਦੀਆਂ ਗਾ ਗਾ ਕੇ ਸਾਰੇ ਆ ਕੁੜੀਓ ਚੁੱਪ ਕਰ ਦਿਓ ਸੌਂ ਜਾਣ ਦਿਓ ਫਿਰ ਉਹ ਵੀ ਲੱਗ ਜਾਂਦੀਆਂ ਘਰਦਿਆਂ ਨੂੰ ਟਿਕਣ ਹੀ ਨਾ ਦਿੰਦੀਆਂ ਦੁਪਹਿਰ ਗੀਤ ਸੁਣ ਕੇ ਆਈਆਂ ਹੁੰਦੀਆਂ ਵਿਆਹ 'ਚੋਂ ਅਤੇ ਉਵੇਂ ਗਾਈ ਜਾਂਦੀਆਂ ਰਹਿੰਦੀਆਂ ਕਈਆਂ ਨੇ ਤਾਂ ਬਹੁਤ ਕਰਿਆ ਕਹਿ ਵੀ ਵਾਹ 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 ਬਹੁਤ ਸੋਹਣੇ ਗਾਉਂਦੀ ਹੈ ਅਤੇ ਕਈਆਂ ਨੇ ਮਚੇਵਾਂ ਕਰਿਆ ਗਾਉਂਦੀ ਹੈ ਗੀਤ ਕਿ ਉੱਥੋਂ ਪਰਖ ਹੋ ਜਾਂਦੀ ਵੀ ਕੌਣ ਬੰਦਾ ਆਪਣੇ 'ਤੇ ਰਾਜੀ ਹੈ ਅਤੇ ਕੌਣ ਬੰਦਾ ਆਪਣੇ 'ਤੇ ਨੱਚਦਾ ਅਤੇ ਫਿਰ ਜਿਹੜਾ ਬੰਦਾ ਪਰਖਿਆ ਜਾਂਦਾ ਸੀ ਨਾ ਵੀ ਇਹ ਬੰਦਾ ਨੱਚਦਾ ਉਹ ਬੰਦੇ 'ਤੇ ਤਾਂ ਕਿਹਾ ਚਾਹੇ ਲੰਮਾ ਲੇਟ ਜਾਂਦਾ ਤਾਂ ਵੀ ਨਹੀਂ ਉਹਦੇ ਕਿਹਾ ਗਾਉਂਦੇ ਹੁੰਦੇ ਸੀ ਅਤੇ ਜਿਹੜਾ ਵਾਹ ਵਾਹ ਕਰ ਦਿੰਦਾ ਨਾ ਉਹਨਾਂ ਦੇ ਘਰ ਬਿਨਾਂ ਕਿਹਾ ਹੀ ਗਾ ਦੇਣਾ ਅਤੇ ਐਵੇਂ ਹੀ ਹੈ ਵੀ ਵਾਹ ਵਾਹ ਤਾਂ ਚੱਲਦੀ ਹੈ ਦੁਨੀਆ ਜੇ ਤਾਂ ਵਾਹ ਵਾਹ ਕਰਨ ਦੇ ਲਾਇਕ ਦਾ ਹੋਵੇ ਤਾਂ ਤੁਸੀਂ ਵਾਹ ਵਾਹ ਕਰ ਦਿਓ ਅਤੇ ਜੇ ਵਾਹ ਵਾਹ ਕਰਨ ਦੇ ਲਾਇਕ ਦਾ ਨਾ ਹੋਵੇ ਤਾਂ ਤੁਸੀਂ ਗਲਤ ਕਹਿ ਦਿਓ ਗਲਤ ਕਹਿਣਾ ਹੋਵੇ ਤਾਂ ਸਹੀ ਕਹਿਣਾ ਹੋਵੇ ਤਾਂ ਸਹੀ ਕਹਿ ਦਿਓ ਚਲੋ ਵੀ ਲੀੜੇ ਧੋ ਲਏ ਅਸੀਂ ਬਾਕੀ ਦੇ ਕੰਮ ਸਾਡੇ ਹੋ ਗਏ ਜਸ਼ਨ ਅਤੇ ਭੂਤ ਫੁੱਲ ਆਉਣ ਵਾਲੇ ਆ ਅਸੀਂ ਹੁਣ ਲੀੜਿਆਂ ਨੂੰ ਕਰ ਲਵਾਂਗੇ ਡਰਾਈ ਥੋੜ੍ਹੇ ਜਿਹੇ ਮਸ਼ੀਨ 'ਚ ਅੱਗੂ ਅੱਜ ਕੱਲ੍ਹ ਇੱਕ ਵੀਡੀਓ ਬੜਾ ਵਾਇਰਲ ਹੋਇਆ ਪਤਾ ਕਿਹੜਾ ਸੋਨਾ ਪੁੱਤ ਕਿੱਥੇ ਹੈ ਆਹ ਵੀਡੀਓ ਵਾਇਰਲ ਹੋਇਆ ਹੈ ਨਾ ਸੋਨਾ ਪੁੱਤ ਕਿੱਥੇ ਹੈ ਆਹ ਵੀਡੀਓ ਵਾਇਰਲ ਹੋਇਆ ਹੈ ਨਾ ਕਿਹੜਾ ਪਹਿਲਾਂ ਸੋਨਾ ਪੁੱਤ ਕਿੱਥੇ ਹੈ ਹੁਣ ਦੱਸ ਕੀ ਗੱਲ ਮੈਂ ਕਿਹਾ ਮੇਰੇ ਨਾ ਵਿਊ ਉਹਨੂੰ ਕੱਟ ਗਏ
ਜਿੱਥੇ ਦੀ ਬਾੜ ਆਈ ਹੈ ਨਾ ਉੱਥੇ ਪੰਜਾਬ ਚ ਉਹਦੇ ਹੀ ਮੇਰੇ ਉਧਰ ਲਈ ਮੇਰੇ ਫੋਲੋਅਰ ਹੈ ਲਗਭਗ 40-30 ਹਜ਼ਾਰ ਉਧਰ ਦੇ ਹੀ ਹੈ ਬੰਦੇ ਮੇਰੇ ਵੀਡੀਓ ਚੱਲਣ ਹਟ ਗਏ ਤਾਂ ਕਰਕੇ ਅੱਜ ਮੈਂ ਬੈਠੇ ਬੈਠੇ ਨੇ ਸੋਚਿਆ ਮੈਂ ਕਿਹਾ 2-3 ਦਿਨਾਂ 'ਚ ਕੀ ਹੋ ਗਿਆ ਅਤੇ ਅੱਜ ਮੈਨੂੰ ਫਿਰ ਮੈਂ ਅੰਦਾਜ਼ਾ ਲਾਇਆ ਮੈਂ ਕਿਹਾ ਪੰਜਾਬ 'ਚ ਤਾਂ ਵਿਚਾਰਿਆਂ ਦੇ ਨਾ ਤਾਂ ਲਾਈਟ ਆਉਂਦੀ ਹੋਊਗੀ ਨਾ ਉਹਨਾਂ ਦੇ ਰੇਂਜ ਆਉਂਦੀ ਹੋਊਗੀ ਨਾ ਨੈਟਵਰਕ ਹੋਊਗਾ ਤਾਂ ਫਿਰ ਮੇਰੇ ਚੱਲ ਕੋਈ ਨਹੀਂ ਆਪਣੇ ਤਾਂ ਵਿਊ ਹੀ ਹੈ ਵਿਚਾਰਿਆਂ ਦੀ ਜ਼ਿੰਦਗਾਨੀ ਤਾਂ ਬਣੀ ਹੈ ਕਿ ਨਹੀਂ ਵਿਚਾਰਿਆਂ ਦੀ ਹੈਲਪ ਕਰੋ ਜਿਹੜੇ ਤੋਂ ਵੀ ਹੋ ਸਕਦੀ ਹੈ ਹਾਂ ਹੈਲਪ ਕਰੋ ਜਿਵੇਂ ਵੀ ਹੱਥਾਂ ਨਾਲ ਹੁੰਦੀ ਹੈ ਹੱਥਾਂ ਨਾਲ ਕਰੋ ਕੋਈ ਵਿਚਾਰਿਆਂ ਨੂੰ ਅੰਨ ਕੋਈ ਭੋਜਨ ਕਰਾਓ ਕੋਈ ਕੱਪੜੇ ਲੱਤੇ ਦੀ ਜ਼ਰੂਰਤ ਹੈ ਜਿਵੇਂ ਬਾਲ ਬੱਚਿਆਂ ਨੂੰ ਔਖਾ ਟਾਈਮ ਹੈ ਜਿਹੜਾ ਵਿਚਾਰਿਆਂ ਦਾ ਲੰਘਾਓ ਬਹੁਤ ਬੁਰਾ ਹਾਲ ਹੈ ਉਹਨਾਂ ਦੇ ਜਿਵੇਂ ਵੀਡੀਓ ਦੇਖੀ ਦੀ ਹੈ ਉਵੇਂ ਤਾਂ ਦੇਖ ਕੇ ਐਵੇਂ ਮਨ ਨੂੰ ਲੱਗਦਾ ਵੀ ਕਿਤੇ ਆਪਣੇ ਵੀ ਨਾ ਐਵੇਂ ਆ ਜਾਵੇ ਪਰ ਥੋੜ੍ਹਾ ਜਿਹਾ ਇੰਨਾ ਵੀ ਡਰਾਈ ਰੇਤੇ ਜਿਹੇ 'ਚ ਬੈਠੇ ਹਾਂ ਆਪਾਂ ਆਪਣੇ ਨਾ ਤਾਂ ਕੋਈ ਨੇੜੇ ਦਰਿਆ ਹੈ ਨਾ ਨਦੀ ਹੈ ਉਹੀ ਤਾਂ ਪਰ ਬਾੜਾ ਮੀਂਹ ਆ ਜਾਂਦਾ ਉਦੋਂ ਤਾਂ ਆਪਣੇ ਵੀ ਐਂ ਹੋ ਜਾਂਦੀ ਮੁਸ਼ਕਲ ਪਰ ਆਪਣੇ 1-2 ਦਿਨਾਂ 'ਚ ਸੁੱਕ ਜਾਂਦਾ ਪਾਣੀ ਆਪਣੇ ਉਦੋਂ 100-100 ਉਂਗਲਾਂ ਮੀਂਹ ਆਇਆ ਸੀ ਉਦੋਂ ਉਹ ਤਾਂ ਜੇ ਦੂਜੇ ਦਿਨ ਹੋਰ ਆ ਜਾਂਦਾ ਤਾਂ ਘਰ ਹੀ ਢਹਿ ਜਾਣੇ ਕਿੰਨਿਆਂ ਨੇ ਹੀ ਘਰ ਢਹਿ ਗਏ ਸੀ ਉਹ ਆਪਾਂ ਕੀ ਰੱਬ ਥੋੜ੍ਹੀ ਹੈ ਵੀ ਜਿਹੜੇ ਆਪਾਂ ਉਹਨਾਂ ਮੀਂਹ ਪਏ ਵਾ ਤਾਂ ਆਪਣਾ ਵੀ ਉਹੀ ਹਾਲ ਹੋਵੇ ਪਰ ਥੋੜ੍ਹਾ ਜਿਹਾ ਇੰਨਾ ਹੁੰਦਾ ਵੀ ਉੱਥੇ ਜਿਵੇਂ ਚੀਕਣੀਆਂ ਆਈਆਂ ਮਿੱਟੀਆਂ ਪੱਕੀਆਂ ਮਿੱਟੀਆਂ ਅਤੇ ਗਲੀਆਂ ਨਾਲੀਆਂ ਪੱਕੀਆਂ ਸਭ ਜਗ੍ਹਾ ਪਾਣੀ ਵੜਨ ਦੀ ਜਗ੍ਹਾ ਹੈ ਨਹੀਂ ਕਿਤੇ ਕਿ ਨਹੀਂ ਆਪਣੇ ਵੇਖ ਲਾ ਐਵੇਂ ਪਏ ਐਵੇਂ ਕੱਚੇ ਐਵੇਂ ਸਿਰੇ ਤਾਂ ਰੇਤੇ ਰੇਤੇ ਪਏ ਅਤੇ ਆਪਣੇ ਦੇਸ਼ ਨੇ ਪ੍ਰਗਤੀ ਕਰੀ ਨਹੀਂ ਵੀ ਉਹ ਪਾਣੀ ਨੂੰ ਸਟੋਰ ਕਰ ਲੈਣ ਤੇ ਕੋਈ ਉਹਨਾਂ ਤੋਂ ਬਿਜਲੀ ਬਣੇ ਜਾਂ ਕੋਈ ਉਹ ਹੁਣ ਪਾਣੀ ਉਹੀ ਐਕਸਟਰਾ ਹੈ ਦੇਸ਼ ਤਰੱਕੀ ਕਰੀ ਤਾਂ ਜਾਂਦਾ ਬਹੁਤ ਆਪਦੀ ਜਾਨ 'ਚ ਤਾਂ ਵੀ ਐਡੀ ਚੋਟੀ ਦਾ ਜ਼ੋਰ ਲਾ ਰੱਖਿਆ ਪਰ ਇੰਨਾ ਵੀ ਫਿਰ ਵੀ ਕਮੀ ਕਿ ਆਪਣੇ ਇੱਕ ਇੱਕ ਜਣੇ ਦੇ ਜਵਾਕ ਹੀ ਪਹਿਲਾਂ 15-15 ਹੁੰਦੇ ਸੀ ਤਾਂ ਜੇ ਕਿਤੇ ਆਪਣੇ ਉਦੋਂ ਹੀ ਜਨਸੰਖਿਆ 'ਤੇ ਰੋਕਥਾਮ ਹੁੰਦੀ ਤਾਂ ਆਪਣਾ ਦੇਸ਼ ਵੀ ਅਮੀਰ ਹੁੰਦਾ ਚਲੋ ਹੁਣ ਵੀ ਆਪਣੇ ਦੇਸ਼ ਦੇ ਬਹੁਤ ਹੈ ਜਿਹੜੇ ਉਹਨਾਂ ਗਾਂ ਵਾਲੇ ਜਵਾਨ ਹੈ ਜਿਹੜੇ ਸੰਭਲੇ ਬੈਠੇ ਵਾਧੂ ਅਤੇ ਨਹੀਂ ਤਾਂ ਪਹਿਲਾਂ ਤਾਂ ਇੱਕ ਬੰਦੇ ਦੇ 14-14 ਜਵਾਕ ਹੁੰਦੇ ਮੇਰੀ ਦਾਦੀ ਕਹਿੰਦੀ ਕਹਿੰਦੀ 14 ਜਵਾਕ ਸੀਗੇ ਮੇਰੇ 9 ਮੁੰਡੇ ਅਤੇ 5 ਕੁੜੀਆਂ ਉਹਨਾਂ 'ਚੋਂ 2 ਕੁੜੀਆਂ ਬੱਚੀਆਂ ਅਤੇ 4 ਮੁੰਡੇ ਬੱਚੇ ਅੱਗੇ ਰੋਗ ਵੀ ਫੈਲ ਜਾਂਦੇ ਸੀ ਰੋਗ ਨਾਲ ਜਵਾਕ ਵੱਡੇ ਹੋਏ ਤੇ ਜਿੰਨਾ ਚਿਰ ਫੁੱਲ ਨਾ ਪੜਦੇ ਉਹਨਾਂ ਟਾਈਮ ਤਾਈ ਜਵਾਕਾਂ ਦੇ ਟੀਕੇ ਟੂਕੇ ਲੱਗ ਜਾਂਦੇ ਮਾਵਾਂ ਦੇ ਲੱਗ ਜਾਂਦੇ ਕਿੰਨੇ ਤੇਜ਼ ਜਵਾਕ ਹੁੰਦੇ ਤੇ ਫਿਰ ਦੂਜੀ ਗੱਲ ਹੈ ਪੜ੍ਹੇ ਲਿਖੇ ਹੁੰਦੇ ਆ ਡਾਕਟਰਾਂ ਨੇ ਵੀ ਤਰੱਕੀ ਕਰੀ ਹੈ ਜਿਵੇਂ ਡਾਕਟਰਾਂ ਨੂੰ ਦਿਖਾ ਲੈਂਦੇ ਆ ਅਤੇ ਹੋਰ ਵਗੈਰਾ ਹੁਣ ਅੱਗੇ ਨਾਲ ਬਹੁਤ ਫਰਕ ਹੈ ਅਤੇ ਉਵੇਂ ਤਾਂ ਚਲੋ ਆਪਾਂ ਕਹਿੰਦੇ ਜਿੰਨੇ ਘਰ 'ਚ ਜਾਣੇ ਥੋੜ੍ਹੇ ਹੁੰਦੇ ਆ ਬੱਚੇ ਥੋੜ੍ਹੇ ਹੁੰਦੇ ਉਨੇ ਵਧੀਆ ਹੁੰਦਾ ਅਤੇ ਚਲੋ ਜੀ ਠੀਕ ਹੈ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਉਵੇਂ ਤਾਂ ਸਬਸਕ੍ਰਾਈਬ ਹੈ ਜਿਹੜੇ ਵਾਹਵਾ ਕਰੀ ਜਾਂਦੇ ਮੇਰੇ ਵਾਲਾ ਚੈਨਲ ਹੈ ਜਿਹੜਾ ਬਹੁਤ ਤਰੱਕੀ ਚ ਆਇਆ ਖੜਾ ਹੁਣ ਇਹਨਾਂ ਦਿਨਾਂ ਇਹ 'ਚ ਨਹੀਂ ਤਾਂ ਪਿੱਛੇ ਜੇ ਤਾਂ ਮੈਂ ਸੋਚ ਰਹੀ ਸੀ ਮੈਂ ਬੰਦ ਕਰਦਿਆਂ ਪਰ ਰੋਜ਼ ਦਾ ਸਾਰਾ ਦਿਨ ਵੀਡੀਓ ਬਣਾਉਣ 'ਚ ਨਿਕਲ ਜਾਂਦਾ ਫਿਰ ਆਹ ਨੈੱਟ ਹੈ ਜਿਹੜਾ ਨਿਰਾ ਹੀ ਖਾ ਜਾਂਦਾ ਅਤੇ ਬਹੁਤ ਮੁਸ਼ਕਿਲ ਸੀ ਸਾਰੀ ਰਾਤ ਮੈਂ ਰਿੰਕੂ ਜਾਗਦਾ ਫਿਰਦਾ ਵੀਡੀਓ ਚੜਾਉਣ ਪਿੱਛੇ ਮੈਂ ਬੰਦ ਕਰਦੇ ਹਾਂ ਪਰ ਫਿਰ ਹੁਣ ਆਪਾਂ ਲਵਾ ਲਿਆ ਡੱਬਾ ਅਤੇ ਹੋਰ ਅਤੇ ਚੱਲ ਪਿਆ ਚੰਗਾ ਕੰਮ ਅਤੇ ਚਲੋ ਜੀ ਠੀਕ ਹੈ ਅੱਜ ਦੇ ਵੀਡੀਓ ਨੂੰ ਕਰਨ ਲੱਗੇ ਐਂਡ ਕੱਲ੍ਹ ਨੂੰ ਮਿਲਣਗੇ ਨਵੇਂ ਵੀਡੀਓ 'ਚ ਅਤੇ ਵੀਡੀਓ ਦੇਖਿਆ ਕਰੋ ਲਾਈਕ ਕਰਿਆ ਕਰੋ ਪੇਜ ਦੇਖਿਆ ਕਰੋ ਫੇਸਬੁੱਕ 'ਤੇ ਅਤੇ ਫੋਲੋ ਕਰਿਆ ਕਰੋ ਬਾਏ 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 ਲੋ ਵੀ 14 ਤਰੀਕ ਨੂੰ ਸਵੇਰੇ 10 ਵਜੇ ਅਸੀਂ ਮੈਂ ਅਤੇ ਰਿੰਕੂ ਅਸੀਂ ਦੋਨੇ ਲਾਈਵ ਹੋਵਾਂਗੇ ਅਤੇ ਸਾਰੇ ਸਾਨੂੰ ਦੇਖਿਓ ਅਤੇ ਹੁਣ ਰਿੰਕੂ ਬੋਲੂਗਾ ਸਾਡੀ ਸਟ੍ਰੀਮ ਨੂੰ ਕਰਿਓ ਸ਼ੇਅਰ ਅਤੇ ਕਮੈਂਟ ਬਾਏ ਬਾਏ ਮਿਲਦੇ ਹਾਂ ਕੱਲ੍ਹ ਨੂੰ ਸਵੇਰੇ 10 ਵਜੇ ਬਾਏ ਬਾਏ।